ਦਰਅਸਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਦੇ ਸਕੱਤਰ ਜੈ ਸ਼ਾਹ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਨਵੇਂ ਚੇਅਰਮੈਨ ਬਣ ਗਏ ਨੇ। ਜੈ ਸ਼ਾਹ ਮੌਜੂਦਾ ICC ਚੇਅਰਮੈਨ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ। ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਰਿਹਾ ਹੈ। ਬਾਰਕਲੇ ਨੇ ਲਗਾਤਾਰ 2 ਵਾਰ ਇਹ ਅਹੁਦਾ ਸੰਭਾਲਿਆ ਸੀ। ਜੈ ਸ਼ਾਹ 1 ਦਸੰਬਰ ਤੋਂ ਇਹ ਜ਼ਿੰਮੇਵਾਰੀ ਸੰਭਾਲਣਗੇ। ਤਾਂ ਦੱਸ ਦਈਏ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਦੇ ਨਵੇਂ ਚੇਅਰਮੈਨ ਦੀ ਚੋਣ ਲਈ ਨਾਮਜ਼ਦਗੀਆਂ ਦੀ 27 ਅਗਸਤ ਆਖਰੀ ਮਿਤੀ ਸੀ। ਜੈ ਸ਼ਾਹ ਤੋਂ ਇਲਾਵਾ ਨਿਰਧਾਰਿਤ ਸਮੇਂ ਤੱਕ ਇਸ ਅਹੁਦੇ ਲਈ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਦਰਅਸਲ ਇਸ ਤੋਂ ਬਾਅਦ ICC ਕਾਰਜਕਾਰੀ ਬੋਰਡ ਨੇ ਜੈ ਸ਼ਾਹ ਨੂੰ ਨਿਰਵਿਰੋਧ ਜੇਤੂ ਐਲਾਨ ਦਿੱਤਾ ਹੈ। 35 ਸਾਲਾ ਜੈ ਸ਼ਾਹ ਵੀ ICC ਦੇ ਚੇਅਰਮੈਨ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਨੇ। ਜੈ ਸ਼ਾਹ ICC ਦੀ ਅਗਵਾਈ ਕਰਨ ਵਾਲੇ 5ਵੇਂ ਭਾਰਤੀ ਨੇ। ਤਾਂ ਦੱਸ ਦਈਏ ਉਹਨਾਂ ਤੋਂ ਪਹਿਲਾਂ ਜਗਮੋਹਨ ਡਾਲਮੀਆ, ਸ਼ਰਦ ਪਵਾਰ, ਸ਼ਸ਼ਾਕ ਮਨੋਹਰ ਅਤੇ NC ਸ਼੍ਰੀ ਨਿਵਾਸਨ ICC ਦੀ ਅਗਵਾਈ ਕਰ ਚੁੱਕੇ ਹਨ। ICC ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜੈ ਸ਼ਾਹ ਨੂੰ ਬਿਨਾਂ ਮੁਕਾਬਲਾ ICC ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ। ਜੈ ਸ਼ਾਹ ਅਕਤੂਬਰ 2019 ਤੋਂ BCCI ਦੇ ਸਕੱਤਰ ਅਤੇ 2021 ਤੋਂ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਹਨ। ਉਹ 1 ਦਸੰਬਰ ਤੋਂ ਇਹ ਅਹੁਦਾ ਸੰਭਾਲਣਗੇ। ਸਾਬਕਾ ਚੇਅਰਮੈਨ ਗ੍ਰੇਗ ਬਾਰਕਲੇ ਦੇ ਚੋਣ ਤੋਂ ਹਟਣ ਤੋਂ ਬਾਅਦ ਉਹ ਇਕਲੌਤਾ ਉਮੀਦਵਾਰ ਸੀ। ਦਰਅਸਲ ICC ਦੇ ਨਿਯਮਾਂ ਅਨੁਸਾਰ ਚੇਅਰਮੈਨ ਦੀ ਚੋਣ ਦੇ ਵਿੱਚ 16 ਵੋਟਾਂ ਹੁੰਦੀਆਂ ਤੇ ਹੁਣ ਜੇਤੂ ਲਈ 9 ਵੋਟਾਂ ਦਾ ਸਧਾਰਨ ਬਹੁਮਤ 51% ਜ਼ਰੂਰੀ ਹੁੰਦਾ ਹੈ। ਪਹਿਲਾ ਚੇਅਰਮੈਨ ਬਣਨ ਲਈ ਅਹੁਦੇਦਾਰ ਕੋਲ 2/3 ਬਹੁਮਤ ਹੋਣਾ ਜ਼ਰੂਰੀ ਸੀ। ਤਾਂ ਦੱਸ ਦਈਏ ICC ਨੇ ਹਾਲ ਦੇ ਵਿੱਚ ਕਿਹਾ ਸੀ ਕਿ ਮੌਜੂਦਾ ਡਾਇਰੈਕਟਰਾਂ ਨੂੰ ਹੁਣ ਅਗਲੇ ਚੇਅਰਮੈਨ ਲਈ 27 ਅਗਸਤ 2024 ਤੱਕ ਨਾਮਜ਼ਦਗੀਆਂ ਦਾਖਲ ਕਰਨੀਆਂ ਪੈਣਗੀਆਂ ਅਤੇ ਜੇਕਰ 1 ਤੋਂ ਵੱਧ ਉਮੀਦਵਾਰ ਹਨ ਤਾਂ ਚੋਣ ਕਾਰਵਾਈ ਜਾਵੇਗੀ ਅਤੇ ਨਵੇਂ ਚੇਅਰਮੈਨ ਦਾ ਕਾਰਜਕਾਲ 1 ਦਸੰਬਰ 2024 ਤੋਂ ਸ਼ੁਰੂ ਹੋਵੇਗਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਦਰਅਸਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਦੇ ਸਕੱਤਰ ਜੈ ਸ਼ਾਹ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਨਵੇਂ ਚੇਅਰਮੈਨ ਬਣ ਗਏ ਨੇ। ਜੈ ਸ਼ਾਹ ਮੌਜੂਦਾ ICC ਚੇਅਰਮੈਨ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ। ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਰਿਹਾ ਹੈ। ਬਾਰਕਲੇ ਨੇ ਲਗਾਤਾਰ 2 ਵਾਰ ਇਹ ਅਹੁਦਾ ਸੰਭਾਲਿਆ ਸੀ। ਜੈ ਸ਼ਾਹ 1 ਦਸੰਬਰ ਤੋਂ ਇਹ ਜ਼ਿੰਮੇਵਾਰੀ ਸੰਭਾਲਣਗੇ। ਤਾਂ ਦੱਸ ਦਈਏ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਦੇ ਨਵੇਂ ਚੇਅਰਮੈਨ ਦੀ ਚੋਣ ਲਈ ਨਾਮਜ਼ਦਗੀਆਂ ਦੀ 27 ਅਗਸਤ ਆਖਰੀ ਮਿਤੀ ਸੀ। ਜੈ ਸ਼ਾਹ ਤੋਂ ਇਲਾਵਾ ਨਿਰਧਾਰਿਤ ਸਮੇਂ ਤੱਕ ਇਸ ਅਹੁਦੇ ਲਈ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਦਰਅਸਲ ਇਸ ਤੋਂ ਬਾਅਦ ICC ਕਾਰਜਕਾਰੀ ਬੋਰਡ ਨੇ ਜੈ ਸ਼ਾਹ ਨੂੰ ਨਿਰਵਿਰੋਧ ਜੇਤੂ ਐਲਾਨ ਦਿੱਤਾ ਹੈ। 35 ਸਾਲਾ ਜੈ ਸ਼ਾਹ ਵੀ ICC ਦੇ ਚੇਅਰਮੈਨ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਨੇ। ਜੈ ਸ਼ਾਹ ICC ਦੀ ਅਗਵਾਈ ਕਰਨ ਵਾਲੇ 5ਵੇਂ ਭਾਰਤੀ ਨੇ। ਤਾਂ ਦੱਸ ਦਈਏ ਉਹਨਾਂ ਤੋਂ ਪਹਿਲਾਂ ਜਗਮੋਹਨ ਡਾਲਮੀਆ, ਸ਼ਰਦ ਪਵਾਰ, ਸ਼ਸ਼ਾਕ ਮਨੋਹਰ ਅਤੇ NC ਸ਼੍ਰੀ ਨਿਵਾਸਨ ICC ਦੀ ਅਗਵਾਈ ਕਰ ਚੁੱਕੇ ਹਨ। ICC ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜੈ ਸ਼ਾਹ ਨੂੰ ਬਿਨਾਂ ਮੁਕਾਬਲਾ ICC ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ। ਜੈ ਸ਼ਾਹ ਅਕਤੂਬਰ 2019 ਤੋਂ BCCI ਦੇ ਸਕੱਤਰ ਅਤੇ
2021 ਤੋਂ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਹਨ। ਉਹ 1 ਦਸੰਬਰ ਤੋਂ ਇਹ ਅਹੁਦਾ ਸੰਭਾਲਣਗੇ। ਸਾਬਕਾ ਚੇਅਰਮੈਨ ਗ੍ਰੇਗ ਬਾਰਕਲੇ ਦੇ ਚੋਣ ਤੋਂ ਹਟਣ ਤੋਂ ਬਾਅਦ ਉਹ ਇਕਲੌਤਾ ਉਮੀਦਵਾਰ ਸੀ। ਦਰਅਸਲ ICC ਦੇ ਨਿਯਮਾਂ ਅਨੁਸਾਰ ਚੇਅਰਮੈਨ ਦੀ ਚੋਣ ਦੇ ਵਿੱਚ 16 ਵੋਟਾਂ ਹੁੰਦੀਆਂ ਤੇ ਹੁਣ ਜੇਤੂ ਲਈ 9 ਵੋਟਾਂ ਦਾ ਸਧਾਰਨ ਬਹੁਮਤ 51% ਜ਼ਰੂਰੀ ਹੁੰਦਾ ਹੈ। ਪਹਿਲਾ ਚੇਅਰਮੈਨ ਬਣਨ ਲਈ ਅਹੁਦੇਦਾਰ ਕੋਲ 2/3 ਬਹੁਮਤ ਹੋਣਾ ਜ਼ਰੂਰੀ ਸੀ। ਤਾਂ ਦੱਸ ਦਈਏ ICC ਨੇ ਹਾਲ ਦੇ ਵਿੱਚ ਕਿਹਾ ਸੀ ਕਿ ਮੌਜੂਦਾ ਡਾਇਰੈਕਟਰਾਂ ਨੂੰ ਹੁਣ ਅਗਲੇ ਚੇਅਰਮੈਨ ਲਈ 27 ਅਗਸਤ 2024 ਤੱਕ ਨਾਮਜ਼ਦਗੀਆਂ ਦਾਖਲ ਕਰਨੀਆਂ ਪੈਣਗੀਆਂ ਅਤੇ ਜੇਕਰ 1 ਤੋਂ ਵੱਧ ਉਮੀਦਵਾਰ ਹਨ ਤਾਂ ਚੋਣ ਕਾਰਵਾਈ ਜਾਵੇਗੀ ਅਤੇ ਨਵੇਂ ਚੇਅਰਮੈਨ ਦਾ ਕਾਰਜਕਾਲ 1 ਦਸੰਬਰ 2024 ਤੋਂ ਸ਼ੁਰੂ ਹੋਵੇਗਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।